ओम शांति ਅੱਜ ਸਣ 31 7 2022 ਦੇ ਅਵਿਅਕਤ ਬਾਪਤਾ ਦਾ ਜੀ ਦੇ ਮਹਾਵਾਕ ਅੱਜ ਬਾਪਤਾ ਦਾ ਜੀ ਨੇ ਕਿਹਾ ਯਥਾਰਥ ਚਾਰਟ ਦਾ ਅਰਥ ਸਣ ਪ੍ਰਗਤੀ ਅਤੇ ਪਰਿਵਰਤਨ ਅੱਜ ਦੀ ਮੁਰਲੀ ਦਾ ਸਾਰ ਹੈਗਾ ਯਥਾਰਥ ਸਹੀ ਤਰ੍ਹਾਂ ਦਾ ਚਾਰਟ ਦਾ ਅਰਥ ਹੀ ਹੈਗਾ ਪ੍ਰਗਤੀ ਕਰਨਾ ਅਤੇ ਪਰਵਰਤਨ ਅੱਜ ਬਾਪ ਦਾਦਾ ਆਪਣੇ ਵਿਸ਼ਵ ਨਵ ਨਿਰਮਾਤਾ ਬੱਚਿਆਂ ਨੂੰ ਵੇਖ ਰਹੇ ਸਨ ਅੱਜ ਦਾ ਦਿਨ ਨਵੇਂ ਵਰਸ਼ ਦੇ ਆਰੰਭ ਨੂੰ ਦੁਨੀਆ ਵਿੱਚ ਚਾਰੋਂ ਪਾਸੇ ਮਨਾਉਂਦੇ ਸਨ ਲੇਕਿਨ ਉਹ ਮਨਾਉਂਦੇ ਸਨ ਨਵਾਂ ਵਰਸ਼ ਔਰ ਆਪ ਜੀ ਬ੍ਰਾਹਮਣ ਆਤਮਾਵਾਂ ਨਵੇਂ ਸੰਗਮ ਯੁੱਗ ਵਿੱਚ ਹਰ ਦਿਨ ਨੂੰ ਨਵਾਂ ਸਮਝ ਕੇ ਮਨਾਉਂਦੇ ਰਹਿੰਦੇ ਹੋ ਉਹ ਇੱਕ ਦਿਨ ਮਨਾਉਂਦੇ ਸਨ ਔਰ ਆਪ ਜੀ ਤਾਂ ਹਰ ਦਿਨ ਨੂੰ ਮਨਾਉਂਦੇ ਹੋ ਹਰ ਦਿਨ ਨੂੰ ਨਵਾਂ ਅਨੁਭਵ ਕਰਦੇ ਹੋ ਉਹ ਹੱਦ ਦੇ વર્ષ ਦਾ ਚੱਕਰ ਸਨ ਇਹ ਬੇਹੱਦ ਦੇ ਸ੍ਰਿਸ਼ਟੀ ਚੱਕਰ ਦਾ ਨਵਾਂ ਯੁੱਗ ਸਨ ਸੰਗਮ ਯੁੱਗ ਸਾਰੇ ਯੁੱਗਾਂ ਵਿੱਚ ਸਾਰਿਆਂ ਪ੍ਰਕਾਰ ਦੀ ਨਵੀਨਤਾ ਲਿਆਣ ਦਾ ਯੁੱਗ ਹੈ ਆਪ ਸਾਰੇ ਅਨੁਭਵ ਕਰਦੇ ਵੀ ਉਹ ਕਿ ਸੰਗਮਯੁਗ ਬ੍ਰਾਹਮਣ ਜੀਵਨ ਨਵਾਂ ਜੀਵਨ ਸਨ ਨਵੀਂ ਨੋਲਿਜ ਨਵੀਂ ਰੀਤੀ ਨਵੀਂ ਦ੍ਰਿਸ਼ਟੀ ਤਾਂ ਨਵੀਂ ਸ੍ਰਿਸ਼ਟੀ ਵਿੱਚ ਆ ਗਏ ਸਨ ਦਿਨ ਰਾਤ ਹਰ ਸਮਾ ਹਰ ਸੈਕਿੰਡ ਨਵਾਂ ਹੀ ਲੱਗਦਾ ਏ ਸੰਬੰਧ ਵੀ ਕਿੰਨੇ ਨਵੇਂ ਬਣ ਗਏ ਸਨ ਪੁਰਾਣੇ ਸੰਬੰਧ ਅਤੇ ਬ੍ਰਾਹਮਣ ਸੰਬੰਧਾਂ ਵਿੱਚ ਕਿੰਨਾ ਅੰਤਰ ਪੈ ਗਿਆ ਏ ਪੁਰਾਣੇ ਸੰਬੰਧਿਆਂ ਦੀ ਲਿਸਟ ਸਮ੍ਰਿਤੀ ਵਿੱਚ ਲਿਆਓ ਤਾਂ ਕਿੰਨੀ ਲੰਬੀ ਹੁੰਦੀ ਹੈ ਲੇਕਿਨ ਸੰਗਮ ਯੁਗੀ ਨਵੇਂ ਯੁੱਗ ਦੇ ਨਵੇਂ ਸੰਬੰਧ ਕਿੰਨੇ ਸਨ ਲੰਬੀ ਲਿਸਟ ਹੈ ਬਾ ਪਦਾਦਾ ਅਤੇ ਭਾਈ ਭੈਣਾ ਦੀ ਕਿੰਨੇ ਨਿਸਵਾਰਥ ਪਿਆਰ ਦੇ ਸੰਬੰਧ ਸਨ ਉਹ ਹਣ ਅਨੇਕ ਸਵਾਰਥ ਦੇ ਸੰਬੰਧ ਇੱਥੇ ਤਾਂ ਨਵਾਂ ਯੁੱਗ ਛੋਟਾ ਜਾਂ ਨਵਾਂ ਯੁੱਗ ਨਵਾਂ ਬ੍ਰਾਹਮਣ ਸੰਸਾਰ ਇਹ ਉਹ ਵੀ অতি ਨਿਆਰਾ ਤੇ ਪਿਆਰਾ ਦੁਨੀਆ ਵਾਲੇ ਇੱਕ ਦਿਨ ਇੱਕ ਦੋ ਨੂੰ ਮੁਬਾਰਕ ਦਿੰਦੇ ਸਨ ਔਰ ਆਪ ਜੀ ਕੀ ਕਰਦੇ ਹੋ ਬਾਪ ਦਾਦਾ ਕੀ ਕਰਦੇ ਸਨ ਹਰ ਸੈਕਿੰਡ ਹਰ ਸਮਾਂ ਹਰ ਆਤਮਾ ਦੇ ਪ੍ਰਤੀ ਸ਼ੁਭ ਪਾਵਨਾ ਸ਼ੁਭ ਕਾਮਨਾ ਦੀ ਮੁਬਾਰਕ ਦਿੰਦੇ ਸਨ ਜਦੋਂ ਵੀ ਕਿਸੇ ਨੂੰ ਕਿਸੇ ਵੀ ਉਤਸਵ ਦੇ ਦਿਨ ਦੀ ਮੁਬਾਰਕ ਦਿਨ ਦੇਣ ਦੇਣ ਤਾਂ ਕੀ ਆਖਦੇ ਸਨ ਖੁਸ਼ ਰਹੋ ਸੁਖੀ ਰਹੋ ਸ਼ਕਤੀਸ਼ਾਲੀ ਰਹੋ ਤੰਦਰੁਸਤ ਰਹੋ ਤਾਂ ਆਪ ਜੀ ਹਰ ਸਮਾਂ ਅਯੋ ਸੇਵਾ ਕੀ ਕਰਦੇ ਹੋਏਗੇ ਉਹ ਆਤਮਾ ਨੂੰ ਨਵਾਂ ਜੀਵਨ ਦਿੰਦੇ ਹੋ ਆਪ ਜੀ ਤਾਂ ਸਾਰਿਆਂ ਨੂੰ ਬਾਪ ਦਾਦਾ ਦੀ ਨਵੀਂ ਜੀਵਨ ਦੀ ਮੁਬਾਰਕ ਦੇ ਰਹੇ ਸਨ ਅਤੇ ਇਸ ਨਵੇਂ ਜੀਵਨ ਵਿੱਚ ਇਹ ਸਾਰੀਆਂ ਮੁਬਾਰਕਾਂ ਤੁਹਾਨੂੰ ਸਦਾ ਦੇ ਲਈ ਮਿਲ ਰਹੀਆਂ ਸਨ ਆਪ ਜੀ ਜਿਵੇਂ ਖੁਸ਼ ਨਸੀਬ ਖੁਸ਼ੀ ਦੇ ਖਜ਼ਾਨਿਆਂ ਨਾਲ ਸੰਪਨ ਸਦਾ ਸੁਖੀ ਔਰ ਕੋਈ ਵੀ ਕਦੇ ਹੋ ਨਹੀਂ ਸਕਦਾ ਇਸ ਨਵੀਨਤਾ ਦੀ ਵਿਸ਼ੇਸ਼ਤਾ ਆਪ ਦੇ ਜੀ ਦੇ ਦੇਵਤਾਈ ਜੀਵਨ ਵਿੱਚ ਹੈ ਹੀ ਨਹੀਂ ਤਾਂ ਸੁਖੀ ਅਤੇ ਔਰ ਔਰ ਕੋਈ ਵੀ ਖੁਸ਼ ਆਪ ਜਿਹੇ ਦਾ ਜੀਵਨ ਹੋ ਹੀ ਨਹੀਂ ਸਕਦਾ ਦੁਨੀਆ ਵਾਲੇ ਨੱਚਦੇ ਨੇ ਗਾਉਂਦੇ ਨੇ ਔਰ ਕੁਝ ਖਾਂਦੇ ਨੇ ਪਰ ਆਪ ਜੀ ਆਤਮਾਵਾ ਕੀ ਕਰਦੀਆਂ ਉਹ ਹਰ ਸੈਕਿੰਡ ਨੱਚਦੇ ਹੋ ਗਾਉਂਦੇ ਵੀ ਰਹਿੰਦੇ ਹੋ ਹਰ ਰੋਜ਼ ਪ੍ਰਮਾ ਭੋਜਨ ਵੀ ਖਾਂਦੇ ਹੋ ਲੋਕ ਤਾਂ ਖਾਸ ਪਾਰਟੀਆਂ ਅਰੇਂਜ ਕਰਦੇ ਸਨ ਔਰ ਆਪ ਜੀਤਾ ਸਦਾ ਹੀ ਸੰਗਠਨ ਦੀ ਪਾਰਟੀ ਵਿੱਚ ਹੀ ਹੁੰਦੇ ਹੋ ਪਾਰਟੀ ਵਿੱਚ ਮਿਲਣ ਮਨਾਉਂਦੇ ਹੋ ਆਪ ਬ੍ਰਾਹਮਣਾ ਦੀ ਅੰਮ੍ਰਿਤ ਵੇਲੇ ਤੋਂ ਹੀ ਪਾਰਟੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਬਾਪ ਦਾਦਾ ਮਨਾਉਂਦੇ ਸਨ ਇੱਕ ਵਿੱਚ ਅਨੇਕ ਸੰਬੰਧ ਅਤੇ સ્વਰੂਪਾਂ ਵਿੱਚ ਮਨਾਉਂਦੇ ਸਨ ਹੁਣ ਤਾਂ ਤੁਸੀਂ ਆਪਸ ਵਿੱਚ ਬ੍ਰਾਹਮਣ ਜਦੋਂ ਕਲਾਸ ਕਰਦੇ ਸਨ ਤਾਂ ਸੰਗਠਨ ਵਿੱਚ ਮਿਲਣ ਮਨਾਉਂਦੇ ਸਨ ਮੁਰਲੀ ਸੁਣਦੇ ਸੁਣਦੇ ਨਚਦੇ ਉਹ ਗਾਉਂਦੇ ਉਹ ਅਤੇ ਹਰ ਸਮਾਂ ਉਤਸ਼ਾਹ ਬਰੇ ਜੀਵਨ ਵਿੱਚ ਉੜਦੇ ਹੀ ਰਹਨੇ ਹੋ ਬ੍ਰਾਹਮਣ ਜੀਵਨ ਦਾ ਸਵਾਸ ਹੀ ਸੰ ਉਤਸ਼ਾਹ ਜੇਕਰ ਉਤਸ਼ਾਹ ਘਟ ਹੁੰਦਾ ਏ ਤਾਂ ਬ੍ਰਾਹਮਣ ਜੀਵਨ ਦੇ ਜੀਵਨ ਜੀਣੇ ਦਾ ਮਜ਼ਾ ਹੀ ਨਹੀਂ ਆਂਦਾ ਜਿਵੇਂ ਸਰੀਰ ਵਿੱਚ ਸਵਾਸ ਦੀ ਗਤੀ ਯਥਾਰਥ ਚਲਦੀ ਸੰ ਤਾਂ ਚੰਗੀ ਤੰਦਰੁਸਤੀ ਮੰਨੀ ਜਾਂਦੀ ਏ ਜੇਕਰ ਕਦੇ ਸਵਾਸ ਦੀ ਗਤੀ ਤੇਜ਼ ਹੋਵੇ ਕਦੀ ਧੀਮੀ ਹੋਵੇ ਤਾਂ ਤੰਦਰੁਸਤੀ ਨਹੀਂ ਮੰਨੀ ਜਾਵੇਗੀ ਬ੍ਰਾਹਮਣ ਜੀਵਨ ਅਰਥਾਤ ਉਤសាਹਾ ਨਿਰਾਸ਼ਾ ਨਹੀਂ ਜਦੋਂ ਸਾਰੀਆਂ ਆਸ਼ਾ ਪੂਰਣ ਹੋ ਜਾਂਦੀਆਂ ਸੰ ਤਾਂ ਬਾਪ ਦੇ ਬਣ ਗਏ ਤਾਂ ਨਿਰਾਸ਼ਾ ਕਿੱਥੇ ਗਈ ਆਪ ਜੀ ਦਾ ਏਕਿਊਪੇਸ਼ਨ ਹੀ ਹੈਗਾ ਨਿਰਾਸ਼ਾਵਾਦੀ ਨੂੰ ਆਸ਼ਾਵਾਦੀ ਬਣਾਣਾ ਐਯੋ ਸੇਵਾ ਕਰਨੀ ਹੈਗੀ ਇਹ ਤਾਂ ਦੁਨੀਆਂ ਦੇ ਹੱਦ ਦੇ ਚੱਕਰ ਅਨੁਸਾਰ ਆਪ ਜੀ ਵੀ ਦਿਨ ਨੂੰ ਮਹੱਤਵ ਦੇ ਰਹੇ ਹੋ ਲੇਕਿਨ ਵਾਸਤਵ ਵਿੱਚ ਆਪ ਤੁਸੀਂ ਸਾਰੇ ਬ੍ਰਹਮਣ ਆਤਮਾਵਾਂ ਦਾ ਸੰਗਮ ਯੁੱਗ ਹੀ ਨਵੀਨਤਾ ਦਾ ਯੁੱਗ ਸਣ ਨਵੀਂ ਦੁਨੀਆਂ ਵੀ ਇਸ ਸਮਾਂ ਹੀ ਬਣਦੀ ਏ ਨਵੀਂ ਦੁਨੀਆਂ ਦਾ ਗਿਆਨ ਇਸ ਸਮੇਂ ਆਪ ਜੀ ਆਤਮਾਵਾਂ ਨੂੰ ਮਿਲਦਾ ਏ ਉੱਥੇ ਨਵੀਂ ਦੁਨੀਆ ਵਿੱਚ ਨਵੇਂ ਪੁਰਾਣੇ ਦਾ ਗਿਆਨ ਹੀ ਨਹੀਂ ਹੁੰਦਾ ਨਵਾਂ ਯੁੱਗ ਨਵੀਂ ਦੁਨੀਆ ਸਥਾਪਨ ਹੁਣ ਹੋ ਰਹੀ ਏ ਸਾਰਿਆਂ ਨੇ ਤਪੱਸਿਆ ਵਰਸ਼ ਵਿੱਚ ਤਪੱਸਿਆ ਦੁਆਰਾ ਆਪਣੇ ਅਲੌਕਿਕ સ્વરૂਪ ਨੂੰ ਅਲੌਕਿਕ ਨਵੀਨਤਾ ਵਿੱਚ ਲੈ ਆਏ ਸਨ ਸਾਰਿਆਂ ਦੀ ਪੁਰਾਣੀ ਚਾਲ ਪੁਰਾਣੀ ਸੰਸਕਾਰ ਖਤਮ ਹੋ ਗਏ ਸਨ ਪੁਰਾਣੀ ਚਾਲ ਕਿਹੜੀ ਸਨ ਯੋਗਤਾ ਚੰਗਾ ਏ ਅਨੁਭਵ ਵੀ ਚੰਗੇ ਹੁੰਦੇ ਸਨ ਅੱਗੇ ਵੀ ਚੰਗਾ ਵੱਧ ਰਹੇ ਸਨ ਤਾਰਣਾ ਵਿੱਚ ਬਹੁਤ ਫਰਕ ਪੈ ਜਾਂਦਾ ਏ ਅਟੈਂਸ਼ਨ ਵੀ ਚੰਗਾ ਏਗਾ ਸੇਵਾ ਵੀ ਚੰਗੀ ਵੱਧ ਰਹੀ ਏ ਲੇਕਿਨ ਲੇਕਿਨ ਦੀ ਪੂੰਛ ਹਜੇ ਵੀ ਲੱਗੀ ਹੋਈ ਏ ਕਦੇ ਕਦੇ ਇਹੋ ਜੀ ਇਹੋ ਜਿਹਾ ਹੋ ਜਾਂਦਾ ਏ ਕਿ ਕਦੇ ਕਦੇ ਦੀ ਪੂੰਛ ਜਦ ਤੱਕ ਸਮਾਪਤ ਨਹੀਂ ਹੋਵੇਗੀ ਤਾਂ ਤੱਕ ਤਪੱਸਿਆ ਵਰਸ਼ ਦੀ ਤਪੱਸਿਆ ਸਫਲ ਨਹੀਂ ਹੋਵੇਗੀ ਤਪੱਸਿਆ ਵਰਸ਼ ਵਿੱਚ ਇਹੋ ਨਵੀਨਤਾ ਲਿਆਣੀ ਹੈ pursharth ਅਤੇ seva ਵਿੱਚ ਸਫਲਤਾ ਸੰਤੁਸ਼ਟਤਾ ਦੀ ਪਰਸੈਂਟੇਜ ਕਦੇ ਬਹੁਤ ਉੱਚੀ ਤੇ ਕਦੇ ਬਹੁਤ ਨੀਚੀ ਇਸ ਤੋਂ ਸਦਾ ਸਰੇਸਟ ਪਰਸੈਂਟੇਜ ਦੀ ਨਵੀਨਤਾ ਲਿਆਓ ਜਿਵੇਂ ਅੱਜਕੱਲ ਦੇ ਡਾਕਟਰਸ ਜਾਦਾ ਕੀ ਚੈੱਕ ਕਰਦੇ ਸਨ ਸਭ ਤੋਂ ਜ਼ਿਆਦਾ ਅੱਜ ਕੱਲ ਦੇ ਡਾਕਟਰ ਬਲੱਡ ਪ੍ਰੈਸ਼ਰ ਚੈੱਕ ਕਰਦੇ ਸਨ ਜੇਕਰ ਬਲੱਡ ਦਾ ਪ੍ਰੈਸ਼ਰ ਬਹੁਤ ਉੱਚਾ ਹੋ ਜਾਵੇ ਤਾਂ ਕਦੇ ਬਹੁਤ ਨੀਚੇ ਚਲਾ ਜਾਵੇ ਤੇ ਕੀ ਹੁੰਦਾ ਹੈ ਤਾਂ ਬਾਪ ਦਾਦਾ ਪੁਰਸ਼ਾਰਥ ਦਾ ਪ੍ਰੈਸ਼ਰ ਚੈੱਕ ਕਰਦੇ ਸਨ ਬਹੁਤ ਚੰਗਾ ਕਦੇ ਤੇ ਬਹੁਤ ਚੰਗਾ ਜਾਂਦਾ ਹੈ ਕਦੇ ਕਦੇ ਫਿਰ ਜੰਪ ਵੀ ਮਾਰਦੇ ਸਨ ਕਦੇ ਕਦੇ ਦਾ ਸ਼ਬਦ ਹੁਣ ਸਮਾਪਤ ਕਰਨਾ ਹੈ ਹੁਣ ਇਹ ਇਨਾਮ ਲੈਣ ਦੀ ਤਿਆਰੀ ਕਰੋ ਐ ਸਾਰੀ ਸਭਾ ਵਿੱਚ ਇਹੋ ਜੇ ਕਿਹੜੇ ਸਨ ਜਿਹੜੇ ਸਮਝਦੇ ਸਨ ਅਸੀਂ ਇਨਾਮ ਦੇ ਪਾਤਰ ਬਣਾਂਗੇ ਕਦੇ ਕਦੇ ਵਾਲਿਆਂ ਨੂੰ ਇਨਾਮ ਨਹੀਂ ਮਿਲੇਗਾ ਇਨਾਮ ਲੈਣ ਤੋਂ ਪਹਿਲਾਂ ਇਹ ਵਿਸ਼ੇਸ਼ਤਾ ਵੇਖੋ ਕਿ ਐਨ 6 ਮਾਸ ਦੇ ਅੰਦਰ ਤਿੰਨ ਪ੍ਰਕਾਰ ਦੀ ਸੰਤੁਸ਼ਟਾ ਪ੍ਰਾਪਤ ਕੀਤੀ ਏ ਪਹਿਲਾ ਆਪਣੇ ਆਪ ਨੂੰ ਸਾਕਸੀ ਬਣ ਕੇ ਚੈੱਕ ਕਰੋ ਦੂਜਾ ਸਵ ਦੇ ਚਾਰਟ ਤੋਂ ਸਵ ਨੂੰ ਸੱਚੇ ਮਨ ਤੋਂ ਸੱਚੀ ਦਿਲ ਤੋਂ ਅਸੀਂ ਸੰਤੁਸ਼ਟ ਹੈਗੇ ਆਂ ਦੂਜਾ ਜਿਹੜੀ ਵਿਧੀ ਪੂਰਵਕ ਬਾਪ ਦਾਦਾ ਯਾਦ ਦੀ ਪਰਸੈਂਟੇਜ ਚਾਹੁੰਦੇ ਸਨ ਉਸ ਵਿਧੀ ਨਾਲ ਮਨ ਵਚਨ ਕਰਮ ਅਤੇ ਸੰਪਰਕ ਵਿੱਚ ਸੰਪੂਰਨ ਚਾਰਟ ਰੱਖਦੇ ਹੋ ਅਰਥਾਤ ਬਾਪ ਜੀ ਵੀ ਸੰਤੁਸ਼ਟ ਸਨ ਤੀਜਾ ਬ੍ਰਾਹਮਣ ਪਰਿਵਾਰ ਸਾਡਾ ਸ੍ਰੇਸ਼ਟ yogi ਜੀਵਨ ਤੋਂ ਵੀ ਸੰਤੁਸ਼ਟ ਰਹੋ ਇਹ ਤਿੰਨਾ ਪ੍ਰਕਾਰਾਂ ਦੀ ਸੰਤੁਸ਼ਟਤਾ ਅਨੁਭਵ ਕਰਨਾ ਅਤੇ ਪ੍ਰਾਈਜ਼ ਦੇ ਯੋਗ ਬੰਨਾਏ ਵਿਧੀ ਪੂਰਵਕ ਆਗਿਆਕਾਰੀ ਬਣ ਚਾਟ ਰੱਖਣ ਦੀ ਆਗਿਆ ਨੂੰ ਪਾਲਨ ਕਰੋ ਤਾਂ ਇਹੋ ਜੇ ਆਗਿਆਕਾਰੀਆਂ ਨੂੰ ਵੀ ਮਾਰਕਸ ਮਿਲਦੀਆਂ ਨੇ ਲੇਕਿਨ ਸੰਪੂਰਨ ਪਾਸ ਮਾਰਕਸ ਉਹਨਾਂ ਨੂੰ ਮਿਲਦੀ ਏ ਜਿਹੜੇ ਆਗਿਆਕਾਰੀ ਬਣ ਚਾਟ ਰੱਖਣ ਦੇ ਨਾਲ ਨਾਲ પુરਸ਼ਾਤ ਦੀ ਵਿਧੀ ਅਤੇ વૃਦੀਦੀਵੀ ਮਾਰਕਸ ਲੈਣ ਜਿਨ੍ਹਾਂ ਨੂੰ ਇਸ ਨਿਯਮ ਦਾ ਪਾਲਨ ਜਿਨ੍ਹਾਂ ਨੇ ਕੀਤਾ ਏ ਉਹ ਯੋ ਐਕਿਊਰੇਟ ਰੀਤੀ ਚਾਰਟ ਲਿਖਦੇ ਸਨ ਬਾਪ ਦਾਦਾ ਦੁਆਰਾ ਬ੍ਰਾਹਮਣ ਪਰਿਵਾਰ ਦੁਆਵਰਾ ਉਹਨਾਂ ਨੂੰ ਵਧਾਈਆਂ ਵੀ ਮਿਲਦੀਆਂ ਸਨ ਜਿਹੜੇ ਠੀਕ ਤਰ੍ਹਾਂ ਤੋਂ ਚਾਰਟ ਲਿਖਣਗੇ ਉਹ ਯੋ ਇਨਾਮ ਦੇ ਪਾਤਰ ਵੀ ਬਣਨਗੇ ਤਾਂ ਸੱਚੀ ਤਪੱਸਿਆ ਤਪਸਵੀ ਦੀ ਨਿਸ਼ਾਨੀ ਯੋ ਹੁੰਦੀ ਏ ਗਰਮ ਸੰਬੰਧ ਸੰਸਕਾਰ ਤਿੰਨਾ ਵਿੱਚ ਨਵੀਨਤਾ ਦੀ ਵਿਸ਼ੇਸ਼ਤਾ ਅਨੁਭਵ ਹੋਵੇ ਤਾਂ ਉਹਨਾਂ ਨੂੰ ਵੀ ਅਨੁਭਵ ਕਰਾਂ। ਹਰ ਸਬਜੈਕਟ ਵਿੱਚ ਪ੍ਰਗਤੀ ਅਨੁਭਵ ਹੋਵੇ। ਪਰਿਵਰਤਨ ਅਨੁਭਵ ਹੋਵੇ। ਪ੍ਰਸਥਿਤੀਆਂ ਵਿਅਕਤੀ ਦੁਆਰਾ, ਪ੍ਰਕਿਰਤੀ ਦੁਆਰਾ ਜਾਂ ਮਾਇਆ ਦੁਆਰਾ ਆਣਾ ਇਹ ਤੇ ਬ੍ਰਾਹਮਣ ਜੀਵਨ ਵਿੱਚ ਹੋਣਾ ਹੀ ਏ। ਲੇਕਿਨ ਸਵ ਸਥਿਤੀ ਦੀ ਸ਼ਕਤੀ ਨਾਲ ਪ੍ਰਸਥਿਤੀ ਨੂੰ ਵੀ ਤੁਸੀਂ ਖਤਮ ਕਰ ਸਕੋ। ਇਹੋ ਜੀ ਹੁਣ ਸਥਿਤੀ ਬਣਾਣੀ ਹੈ ਐਨੋ ਵੀ ਖਤਮ ਕਰੋ ਜਿਵੇਂ ਇੱਕ ਮਨੋਰੰਜਨ ਦੀ ਸੀਨ ਸਾਹਮਣੇ ਆ ਜਾਂਦੀ ਹੈ ਤਾਂ ਖੁਸ਼ੀ ਹੁੰਦੀ ਹੈ ਇਹੋ ਜੀ ਪਾਵਰਫੁੱਲ ਯਾਦ ਹੋਵੇ ਕਿ ਕੋਈ ਵੀ ਪ੍ਰਸਥਿਤੀ ਕੋਈ ਵੀ ਤਰ੍ਹਾਂ ਦੀ ਪ੍ਰਸਥਿਤੀ ਹੋਵੇ ਉਸ ਜਲਦੀ ਖਤਮ ਹੋ ਜਾਵੇ ਪਰਵਰਤਨ ਹੋ ਜਾਵੇ ਇੱਕ ਤਰਫ ਯਾਦ ਦੀ ਅਗਨੀ ਪਸਮ ਹੋਣ ਦਾ ਕੰਮ ਕਰੇਗੀ ਦੂਜੀ ਤਰਫ ਪਰਿਵਰਤਨ ਹੋਣ ਦਾ ਕੰਮ ਕਰੇਗੀ ਖੁਸ਼ੀ ਤੋਂ ਹਲਕੇ ਪਨ ਦਾ ਅਨੁਭਵ ਕਰਾਵੇਗੀ ਇਹੋ ਜੀ ਵਿਧੀ ਸ਼ਕਤੀਸ਼ਾਲੀ ਯਾਦ ਨੂੰ ਚੰਗੀ ਯਾਦ ਸੱਚੀ ਯਾਦ ਬਣਾ ਦਿੰਦੀ ਹੈ ਫਿਰ ਬਾਪ ਦਾਦਾ ਬੱਚਿਆਂ ਦੇ ਉਮੰਗ ਉਤਸ਼ਾਹ ਅਤੇ ਲਗਨ ਨੂੰ ਵੇਖ ਕੇ ਖੁਸ਼ ਹੁੰਦੇ ਸਨ ਮੈਜੋਰਿਟੀ ਨੂੰ ਲਕਸ਼ ਚੰਗਾ ਯਾਦ ਰਹਿੰਦਾ ਹੈ ਯਾਦ ਵਿੱਚ ਅੱਛੇ ਨੰਬਰ ਚੰਗੇ ਨੰਬਰ ਲੈਂਦੇ ਸਨ ਸਮ੍ਰਿਤੀ ਦੇ ਨਾਲ ਸਮਰਥੀ ਉਸ ਵਿੱਚ ਨੰਬਰ ਵਾਰ ਸਨ ਸਮ੍ਰਿਤੀ ਅਤੇ ਸਮਰਥੀ ਦੋਵੇਂ ਨਾਲ-ਨਾਲ ਰਹਿਣਾ ਐਸ ਨੂੰ ਆਖਦੇ ਸਨ ਨੰਬਰ 1 ਪ੍ਰਾਈਜ਼ ਲੈਣ ਦੇ ਯੋਗ ਸਮ੍ਰਿਤੀ ਸਦਾ ਹੋਵੇ ਸਮਰਥੀ ਕਦੇ-ਕਦੇ ਵਸ ਪਰਸੈਂਟੇਜ ਵਿੱਚ ਰਹਿਣਾ ਐਸ ਨੂੰ ਨੰਬਰ ਵਾਰ ਦੀ ਲਿਸਟ ਵਿੱਚ ਆਖਦੇ ਸਨ ਐਕਿਊਰੇਟ ਚਾਰਟ ਰੱਖਣ ਵਾਲਿਆਂ ਦੇ ਨਾਮਾਂ ਦੀ ਮਾਲਾ ਵੀ ਬਣਾਣਗੇ ਹੁਣ ਤਾਂ ਬਹੁਤ ਥੋੜੀ ਹੈਗੀ ਐਸੇ ਥੋੜੇ ਸਮੇਂ ਵਿੱਚ ਵਿਧੀਪੂਰਵਕ ਪਰਸ਼ਾਰਥੀ ਵਿਰiddhi ਨੂੰ ਆਪਣੇ ਮਨ ਬੁੱਧੀ ਅਤੇ ਸੰਬੰਧ ਨੂੰ ਸਦਾ ਅਚਲ ਅਡੋਲ ਬਣਾਓ ਤਾਂ ਥੋੜੇ ਸਮੇਂ ਵਿੱਚ ਅਚਲ ਅਡੋਲ ਸਥਿਤੀ ਦਾ ਪੁਰਸ਼ਾਰਥ ਕਰਕੇ ਅੱਗੇ ਨੰਬਰ ਲੈ ਸਕਦੇ ਹੋ ਨਾਲ ਸਫਲਤਾ ਦੀ ਖੁਸ਼ੀ ਆਪਣੇ ਆਪ ਜੀ ਵਿੱਚ ਅਨੁਭਵ ਹੋਵੇਗੀ ਔਰਾਂ ਨੂੰ ਵੀ ਸੰਤੁਸ਼ਟ ਕਰ ਦੁਆਵਾਂ ਪ੍ਰਾਪਤ ਕਰਨਗੇ ਐਸ ਲਈ ਐਵੇਂ ਨਹੀਂ ਸਮਝਣਾ ਕਿਸ ਸਮਾਂ ਬੀਤਦਾ ਜਾ ਰਿਹਾ ਹੈ ਲੇਕਿਨ ਹੁਣ ਵਰਤਮਾਨ ਅਤੇ ਭਵਿੱਖ ਸ੍ਰੇਸ਼ਟ ਬਣਾ ਸਕਦੇ ਹੋ ਹੁਣ ਇਸ ਵਿਸ਼ੇਸ਼ ਸਮ੍ਰਿਤੀ ਮਾਸ ਐਕਸਟਰਾ ਵਰਦਾਨ ਪ੍ਰਾਪਤ ਕਰਨ ਦਾ ਮਾਸੇ ਜਿਵੇਂ ਤਪੱਸਿਆ ਵਰਸ ਦਾ ਚਾਂਸ ਤੁਹਾਨੂੰ ਮਿਲਿਆ ਸੀ ਐਵੇਂ ਸਮ੍ਰਿਤੀ ਮਾਸ ਦਾ ਵੀ ਵਿਸ਼ੇਸ਼ ਤੁਹਾਨੂੰ ਚਾਂਸ ਮਿਲਿਆ ਹੈ ਇਸ ਮਾਸ ਵਿੱਚ 30 ਦਿਨਾਂ ਵਿੱਚ ਜੇਕਰ ਸਹਿਜ ਆਪੇ ਸ਼ਕਤੀਸ਼ਾਲੀ विजयी ਆਤਮਾ ਦਾ ਅਨੁਭਵ ਕੀਤਾ ਤਾਂ ਸਦਾ ਦੇ ਲਈ ਅਯੋ ਤੁਹਾਡਾ ਨੇਚਰਲ ਸੰਸਕਾਰ ਬਣਨ ਦੀ ਤੁਹਾਨੂੰ ਗਿਫਟ ਵੀ ਮਿਲ ਜਾਵੇਗੀ ਕੁਝ ਵੀ ਹੋਵੇ ਕੁਝ ਵੀ ਆਵੇ ਪ੍ਰਸਤੀਤੀ ਰੂਪੀ ਪਾੜ ਵੱਡੇ ਤੋਂ ਵੱਡਾ ਵੀ ਆ ਜਾਏ ਤਾਂ ਵੀ ਸੰਸਕਾਰ ਟੱਕਰ ਖਾਣ ਦੇ ਬਦਲੇ ਪ੍ਰਕਿਰਤੀ ਪੇਪਰ ਲੈਣ ਦੇ ਬਦਲੇ ਤੁਸੀਂ ਅੰਗਦ ਸਮਾਨ ਮਨ ਬੁੱਧੀ ਰੂਪੀ ਪਾਉ ਨੂੰ ਇੱਲਣ ਨਹੀਂ ਦੇਣਾ ਚੱਲਣਾ ਹੈ ਰਹਿਣਾ ਹੈ ਬੀਤੀ ਨੂੰ ਜੇਕਰ ਕੋਈ ਹਲਚਲ ਹੋਈ ਤਾਂ ਉਸ ਵਿੱਚ ਸੰਕਲਪਾਂ ਦੀ ਵੀ ਸੰਕਲਪਾਂ ਨੂੰ ਵੀ ਸਮ੍ਰਿਤੀ ਵਿੱਚ ਨਹੀਂ ਲੈਣਾ ਫੁੱਲ ਸਟਾਪ ਲਗਾਣਾ ਹੈ ਵਰਤਮਾਨ ਸਮਾਂ ਬਾਪ ਸਮਾਨ ਸ੍ਰੇਸ਼ਟ ਸਹਿਜ ਬਣਨਾ ਹੈ ਪਵਿੱਖ ਵਿੱਚ ਸਦਾ ਸਫਲਤਾ ਦੇ ਆਧਾਰ ਨੂੰ ਵੇਖਣਾ ਹੈ ਇਸ ਵਿਧੀ ਨਾਲ ਸiddhi ਨੂੰ ਪ੍ਰਾਪਤ ਕਰਨਾ ਹੈ ਕੱਲ ਤੋਂ ਨਹੀਂ ਹੁਣ ਤੋਂ ਹੀ ਕਰਨਾ ਹੈ ਸਮ੍ਰਿਤੀ ਮਾਸ ਵਿੱਚ ਥੋੜੇ ਸਮਾਂ ਨੂੰ ਬੋਤਕਾਲਾਂ ਦਾ ਸੰਸਕਾਰ ਬਣਾਓ ਇਹ ਵਿਸ਼ੇਸ਼ ਵਰਦਾਨ ਵਿਧੀ ਪੂਰਵਕ ਨਾਲ ਕਾਰਜ ਵਿੱਚ ਲਗਾਓ ਕੁਮਾਰੀਆਂ ਦਾ ਵੀ ਸੰਗਠਨ ਬੈਠਿਆ ਚੰਗੀ ਤਰ੍ਹਾਂ ਬੈਠੇ ਸਨ ਚੰਗਾ ਚਾਂਸ ਮਿਲਿਆ ਤੁਹਾਨੂੰ ਸਦਾ ਅੱਗੇ ਵਧਣ ਦੇ ਲਈ ਇਸ ਲਈ ਇੱਥੇ ਵੀ ਅੱਗੇ ਹੀ ਬੈਠੇ ਹੋ ਸਮਝਿਆ ਪੱਕਿਆ ਹੋਇਆ ਫਲ ਬਣ ਕੇ ਨਿਕਲਣਾ ਹੈ ਕੱਚਾ ਨਹੀਂ ਗਿਰ ਪੈਣਾ ਸਾਰੀ ਪੜਾਈ ਪੂਰੀ ਕਰ ਸੈਂਟਰ ਤੇ ਜਾਵਾਂ ਜਾਉਂਗੀਆਂ ਤੇ ਘਰ ਵਿੱਚ ਜਾਉਗੀਆਂ ਜੇਕਰ ਮਾਪੇ ਆਖਣ ਕਿ ਆਓ ਤੇ ਕੀ ਕਰੋਗੀਆਂ ਜੇਕਰ ਹੋ ਆਪਣੀ ਹਿੰਮਤ ਹੈਗੀ ਤਾਂ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ਥੋੜਾ ਥੋੜਾ ਜੇ ਆਕਰਸ਼ਣ ਹੋਵੇਗਾ ਤੋਂ ਰੋਕਣ ਵਾਲੇ ਰੋਕਣਗੇ ਨਵਾਂ ਵਰਸ਼ ਮਨਾਣ ਦੇ ਲਈ ਸਾਰੇ ਭੱਜ ਕੇ ਆਏ ਸਨ ਨਵਾਂ ਵਰਸ਼ ਮਨਾਣਾ ਅਰਥਾਤ ਹਰ ਸਮਾਂ ਨੂੰ ਨਵਾਂ ਬਣਾਣਾ ਹਰ ਸਮਾਂ ਆਪਣੇ ਵਿੱਚ ਰੂਹਾਨੀਅਤ ਨਵੀਨਤਾ ਨੂੰ ਲਿਆਣਾ ਅੱਛਾ ਚਾਰੇ ਪਾਸਿਆਂ ਦੇ ਸਾਰੇ ਸਨੇਹੀ ਅਤੇ ਸਹਿਯੋਗੀ ਬੱਚਿਆਂ ਨੂੰ ਅੱਜ ਦੇ ਦਿਨ ਦੇ ਮਹੱਤਵ ਨੂੰ ਜਾਣ ਕੇ ਵਿਸ਼ੇਸ਼ ਦਿਲ ਦੇ ਪੱਤਰਾਂ ਤੋਂ ਕਾਰਡ ਦੁਆਰਾ ਵਿਸ਼ੇਸ਼ ਯਾਦ ਕਰ ਰਹੇ ਸਨ ਬਾਪ ਦਾਦਾ ਦੇ ਕੋਲ ਪੋਸਟ ਕਰਨ ਤੋਂ ਪਹਿਲਾਂ ਹੀ ਪਹੁੰਚ ਜਾਂਦਾ ਹੈ ਲਿਖਣ ਤੋਂ ਪਹਿਲਾਂ ਪਹੁੰਚ ਜਾਂਦਾ ਹੈ ਸੰਕਲਪ ਕੀਤਾ ਤੇ ਪਹੁੰਚ ਗਿਆ ਐਸ ਲਈ ਕਈ ਬੱਚਿਆਂ ਨੇ ਸਹਯੋਗੀਆਂ ਦੇ ਕਾਰਡ ਪਿੱਛੇ ਪਹੁੰਚਣਗੇ ਲੇਕਿਨ ਬਾਪ ਦਾਦਾ ਦੇ ਕੋਲ ਤਾਂ ਤੁਰੰਤ ਹੀ ਪਹੁੰਚ ਜਾਂਦੇ ਸਨ ਨਵੇਂ ਯੁੱਗ ਦੇ ਨਵੇਂ ਦਿਨ ਮੁਬਾਰਕ ਮਨਾਣ ਦੀ ਮੁਬਾਰਕ ਹੋਵੇ ਜਿਵੇਂ ਕੋਈ ਵਿਸ਼ੇਸ਼ ਪ੍ਰੋਗਰਾਮ ਹੁੰਦਾ ਏ ਤਾਂ ਅੱਜ ਕੱਲ ਦੇ ਲੋਕ ਕੀ ਕਰਦੇ ਸਨ ਆਪਣਾ ਟੀਵੀ ਖੋਲ ਕੇ ਬੈਂਦੇ ਸਨ ਤੁਸੀਂ ਵੀ ਰੁਹਾਣੀ ਬੱਚੇ ਆਪਣੀ ਬੁੱਧੀ ਦਾ ਦੂਰਦਰਸ਼ਨ ਦਾ ਆਪਣੀ ਬੁੱਧੀ ਰੂਪੀ ਦੂਰਦਰਸ਼ਨ ਦਸ ਵਿੱਚ ਓਨ ਕਰਕੇ ਬੈਠੋ। ਬਾਪ ਦਾਦਾ ਚਾਰੋਂ ਔਰ ਦੇ ਮੁਬਾਰਕ ਪਾਤਰ ਬੱਚਿਆਂ ਨੂੰ ਹਰ ਸੈਕਿੰਡ ਦੀ ਮੁਬਾਰਕ ਨਾਲ ਦੁਆਵਾਂ ਦਾ ਰਿਸਪੌਂਡ ਕਰ ਰਹੇ ਸੰ। ਹਰ ਸਮਾਦੀ ਯਾਦ ਅਤੇ ਪਿਆਰ ਅਈਓ ਦੁਆਵਾਂ ਭਰੀ ਬੱਚਿਆਂ ਦੇ ਦਿਲ ਉਮੰਗ ਦਿਲ ਵਿੱਚ ਉਮੰਗ ਉਤਸ਼ਾਹ ਨੂੰ ਵਧਾਉਂਦੀ ਰਹਿੰਦੀ ਏ। ਤਾਂ ਸਦਾ ਸਵਨ ਆਪਣੇ ਆਪ ਨੂੰ ਸਹਜ ਪੁਰਸ਼ਾਰਥੀ ਸਦਾ ਪੁਰਸ਼ਾਰਤੀ ਸਾਜ ਵਿਧੀ ਸਦਾ ਵਿਧੀ ਨਾਲ ਵਿ੍ਰiddhi ਨੂੰ ਪ੍ਰਾਪਤ ਕਰਨ ਵਾਲੇ yogi ਆਤਮਾ ਬਣ ਉੜਦੇ ਰਹੋ ਅੱਛਾ ਇਹੋ ਜੇ ਸਦਾ ਵਰਤਮਾਨ ਨੂੰ ਬਾਪ ਸਮਾਨ ਬਣਾਉਣ ਵਾਲੇ ਔਰ ਭਵਿਕ ਵਿੱਚ ਸਫਲਤਾ સ્વરૂਪ ਬਨਣ ਵਾਲੇ ਸ੍ਰੇਸ਼ਟ ਵਧਾਈਆਂ ਦੇ ਪਾਤਰ ਆਤਮਾਵਾਂ ਨੂੰ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਨਮਸਤੇ ਰੂਹਾਨੀ ਬੱਚਿਆਂ ਦੀ ਰੋਹਨ ਨੇ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਅੱਜ ਦੀ ਮੁਰਲੀ ਦਾ ਵਰਦਾਨ ਹੈਗਾ ਆਪਣੀ ਸਾਰੀਆਂ ਜ਼ਿੰਮੇਵਾਰੀਆਂ ਦਾ ਬੋਝ ਬਾਪ ਜੀ ਨੂੰ ਦੇ ਕੇ ਸਵ ਆਪਣੇ ਆਪ ਜੀ ਨੂੰ ਹਲਕ ਹਲਕਾ ਕਰਨ ਵਾਲੇ ਨਿਮਿਤ ਅਤੇ ਨਿਰਮਾਣ ਭਵ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਦਾ ਬੋਝ ਬਾਪ ਜੀ ਨੂੰ ਦੇ ਕੇ ਆਪਣੇ ਆਪ ਜੀ ਨੂੰ ਹਲਕਾ ਕਰਨ ਵਾਲੇ ਨਿਮਿਤ ਅਤੇ ਨਿਰਮਾਣ ਭਵ ਜਦੋਂ ਆਪਣੀ ਜ਼ਿੰਮੇਵਾਰੀ ਸਮਝ ਲੈਂਦੇ ਹੋ ਤਾਂ ਹੀ ਮੱਥਾ ਭਾਰੀ ਹੁੰਦਾ ਹੈ ਜ਼ਿੰਮੇਵਾਰ ਬਾਪ ਸੰ ਮੈਂ ਨਿਮਿਤ ਮਾਤਰਾ ਐ ਸਮ੍ਰਿਤੀ ਹਲਕਾ ਬਣਾ ਦਿੰਦੀ ਐ ਇਸ ਲਈ ਆਪਣੇ ਪੁਰਸ਼ਾਰਥਤਾ ਬੋਝ ਸੇਵਾਵਾਂ ਦਾ ਬੋਝ ਸੰਪਰਕ ਸੰਬੰਧ ਨਿਮਾਣ ਦਾ ਬੋਝ ਐ ਛੋਟੇ ਮੋਟੇ ਬੋਝ ਬਾਪ ਨੂੰ ਦੇ ਕੇ ਹਲਕੇ ਹੋ ਜਾਓ ਜੇਕਰ ਥੋੜਾ ਵੀ ਸੰਕਲਪ ਆਇਆ ਕਿ ਮੈਂ ਕਰਨਾ ਏ ਮੈਨੂੰ ਹੀ ਕਰਨਾ ਪੈਂਦਾ ਏ ਐ ਮੈਂ ਪਣ ਭਾਰੀ ਬਣਾ ਦਿੰਦਾ ਏ ਔਰ ਨਿਰਮਾਣਤਾ ਵੀ ਫਿਰ ਨਹੀਂ ਰਹਿੰਦੀ ਨਿਮਿਤ ਸਮਝਣ ਤੋਂ ਨਿਰਮਾਣਤਾ ਦਾ ਗੁਣ ਆਪੇ ਹੀ ਆ ਜਾਂਦਾ ਸੰ। ਅੱਜ ਦਾ ਸਲੋਗਨ ਹੈਗਾ ਸੰਤੁਸ਼ਟ ਮਣੀ ਉਹੋ ਸਣ ਜਿਨ੍ਹਾਂ ਦੇ ਜੀਵਨ ਦਾ ਸ਼ਿੰਗਾਰ ਸੰਤੁਸ਼ਟਤਾ ਹਨ ਸੰਤੁਸ਼ਟਮਣੀ ਉਹੋ ਸਣ ਜਿਨ੍ਹਾਂ ਦੇ ਜੀਵਨ ਦਾ ਸੰ ਸ਼ਿੰਗਾਰ ਸੰਤੁਸ਼ਟਤਾ ਸਣ ਓਮ ਸ਼ਾਂਤੀ